ਸੰਗਰੂਰ ਦੇ ਪਿੰਡ ਰਾਣੀਕੇ 'ਚ ਉਸ ਵੇਲੇ ਪੂਰੇ ਪਿੰਡ ਦੇ ਹੋਸ਼ ਉੱਡ ਗਏ ਜਦੋਂ ਪਿੰਡ 'ਚ ਪੁਲਿਸ ਹੀ ਪੁਲਿਸ ਹੋ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਮੁਲਾਜ਼ਮ ਆਸਮਾਨ ਵੱਲ ਨੂੰ ਪਾਣੀ ਵਾਲੀਆਂ ਪਾਈਪਾਂ ਦੇ ਮੂੰਹ ਕਰਕੇ ਪਾਣੀ ਦੀਆਂ ਉੱਚੀਆਂ ਉੱਚੀਆਂ ਬੁਛਾਰਾਂ ਮਾਰਨ ਲੱਗੇ। ਇਸ ਦੌਰਾਨ ਪੁਲਿਸ ਦੀਆਂ ਹੋਰ ਗੱਡੀਆਂ ਵੀ ਮੌਕੇ 'ਤੇ ਆਈਆਂ ਅਤੇ ਵਿੱਚੋਂ ਡੀਸੀ ਸੰਗਰੂਰ ਰਾਮਵੀਰ ਨੂੰ ਦੇਖ ਕੇ ਲੋਕਾਂ ਨੂੰ ਸਮਝ ਆਇਆ ਕਿ ਮਾਮਲਾ ਲਾਜ਼ਮੀ ਕੁਝ ਨਾ ਕੁਝ ਗੜਬੜ ਹੈ ਕਿਉਂਕਿ ਫਾਇਰ ਬ੍ਰਿਗੇਡ ਵਾਲੇ ਪਾਣੀ ਦਾ ਬੁਛਾਰਾ ਉੱਪਰ ਵੱਲ ਨੂੰ ਮਾਰ ਰਹੇ ਸਨ। ਪਰ ਅਸਲ 'ਚ ਇੱਥੇ ਹੋਇਆ ਕਿ ਜਦੋਂ ਡੀਸੀ ਸਾਹਿਬ ਨੇ ਦੱਸਿਆ ਤਾਂ ਲੋਕਾਂ ਦੇ ਸਾਹ 'ਚ ਸਾਹ ਆਇਆ। ਅਸੀਂ ਪ੍ਰਿਪਰੇਟਰੀ ਡਰਿੱਲ ਕੀਤਾ ਹੈ ਅਤੇ ਐਗਰੀਕਲਚਰ ਡਿਪਾਰਟਮੈਂਟ ਨੇ ਮਾਰਕੀਟ ਕਮੇਟੀ ਦੇ ਨੁਮਾਇੰਦੇ ਹੋਰਟੀਕਲਚਰ ਹੋਰ ਵੀ ਸਾਰੇ ਮਹਿਕਮੇ ਜੋ ਇਹਦੇ ਵਿੱਚ ਪਾਵਰ ਕਾਰਪੋਰੇਸ਼ਨ ਹੈਗਾ ਅਤੇ ਸਾਡੇ ਕਿਸਾਨ ਵੀਰਾਂ ਦੇ ਕੋਲ ਜਿਹੜੇ ਪੰਪ ਹੈਗੇ ਅਤੇ ਹੋਰ ਚੀਜ਼ਾਂ ਇੰਪਲੀਮੈਂਟ ਇਹਦੇ ਵਿੱਚ ਰਿਕੁਆਇਰਡ ਹੈਗੇ ਅਤੇ ਜੇ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿਉਂਕਿ ਵਾਰਨਿੰਗ ਹੈਗੀ ਅਤੇ ਸਾਨੂੰ ਤਿਆਰ ਰਹਿਣਾ ਚਾਹੀਦਾ ਕਿਸੇ ਵੀ ਲੜਾਈ ਦੇ ਵਾਸਤੇ ਤਿਆਰੀ ਜ਼ਰੂਰੀ ਹੁੰਦੀ ਹੈ। ਇਸ ਕਰਕੇ ਐਗਰੀਕਲਚਰ ਡਿਪਾਰਟਮੈਂਟ ਨੇ ਅਤੇ ਬਾਕੀ ਜਿਹੜੇ ਡਿਪਾਰਟਮੈਂਟ ਹੈ ਅਲਾਈਡ ਉਹਨਾਂ ਨੇ ਅੱਜ ਇੱਕ ਮੌਕ ਡਰਿੱਲ ਕੀਤਾ ਅਤੇ ਅਸੀਂ ਇਹਦੇ ਵਾਸਤੇ ਜਿਹੜੇ ਲੋੜੀਂਦੀ ਦਵਾਈਆਂ ਹੈਗੀ ਹੋਰ ਕੁਛ ਹੈ ਉਹ ਸਾਰਾ ਅਸੀਂ ਸਟੋਰ ਕਰ ਲਿਆ ਅਤੇ ਜੇ ਫਾਜ਼ਿਲਕਾ ਦੇ ਵਿੱਚ ਕੁਛ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਹਨਾਂ ਨੇ ਬਹੁਤ ਹੀ ਚੰਗੀ ਤਰ੍ਹਾਂ ਉਹਨਾਂ ਦੀ ਕਿਉਂਕਿ ਤਿਆਰੀ ਸੀਗੀ ਅਤੇ ਉਹਨਾਂ ਨੇ ਉਹਨੂੰ ਖਤਮ ਕਰ ਦਿੱਤਾ ਅਤੇ ਹੁਣ ਵੀ ਜੇ ਇਸ ਤਰ੍ਹਾਂ ਦੀ ਕੋਈ ਹੋਏਗਾ ਤਾਂ ਉਹ ਉਹਨਾਂ ਦੀ ਤਿਆਰੀ ਹੈ ਅਤੇ ਆਪਾਂ ਵੀ ਅੱਜ ਤਿਆਰੀ ਕੀਤੀ ਹੈ ਅਤੇ ਸਾਰਿਆਂ ਨੇ ਦੇਖਿਆ ਹੀ ਹੈ ਕਿ ਸਾਰੇ ਡਿਪਾਰਟਮੈਂਟਸ ਨੇ ਕੋਆਰਡੀਨੇਸ਼ਨ ਕਰਕੇ ਮੌਕ ਡਰਿੱਲ ਕੀਤਾ ਅਤੇ ਸਾਰੇ ਡਿਪਾਰਟਮੈਂਟਸ ਇਹਦੇ ਵਾਸਤੇ ਤਿਆਰ। ਉਧਰ ਮੌਕ ਡਰਿੱਲ ਨੂੰ ਲੈ ਕੇ ਸੰਗਰੂਰ ਦੇ ਖੇਤੀਬਾੜੀ ਅਫਸਰਾਂ ਨੇ ਕਿਹਾ ਕਿ ਉਹ ਹਰੇਕ ਪਾਸੇ ਤੋਂ ਸਤਰਕ ਨੇ ਅਤੇ ਆਉਣ ਵਾਲੇ ਦਿਨਾਂ 'ਚ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਤਾਂ ਵਿਭਾਗ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਦਾ ਜਿਹੜਾ ਅਸੀਂ ਉਰੇ ਪਿੰਡ ਰਣੀਕੇ ਵਿਖੇ ਪ੍ਰੋਗਰਾਮ ਰੱਖਿਆ ਹੋਇਆ ਉਹ ਟਿੱਡੀ ਦਲ ਦੀ ਰੋਕਥਾਮ ਸੰਬੰਧੀ ਮੌਕ ਡਰਿੱਲ ਆ ਜਿਹੜੀ ਉਹ ਕੀਤੀ ਜਾ ਰਹੀ ਹੈ। ਮਾਣਯੋਗ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਉਹਨਾਂ ਜੀ ਦੀ ਰਹਿਨਮਾਈ ਦੇ ਹੇਠ ਮਿਸਤਰੀ ਸ਼੍ਰੀ ਲਤੀਫ ਅਹਿਮਦ ਉਹਨਾਂ ਦੀ ਰਹਿਨਮਾਈ ਹੇਠ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਕੀਤਾ ਜਾ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖੋ ਵੱਖ ਪਿੰਡਾਂ ਤੋਂ ਕਿਸਾਨ ਅਤੇ ਜਿਹੜੇ ਹੋਰ ਨਾਲ ਇਸ ਮੁਹਿੰਮ ਦੇ ਵਿੱਚ ਸ਼ਾਮਲ ਜਿਹੜੇ ਵਿਭਾਗ ਨੇ ਜਿਸ ਤਰ੍ਹਾਂ ਕਿ ਬਿਜਲੀ ਬੋਰਡ, ਬਾਗਬਾਨੀ ਵਿਭਾਗ, ਮਾਰਕੀਟ ਕਮੇਟੀ ਅਤੇ ਹੋਰ ਪੁਲਿਸ ਡਿਪਾਰਟਮੈਂਟ ਅਤੇ ਵੱਖੋ ਵੱਖ ਖੇਤੀਬਾੜੀ ਵਿਭਾਗ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਇਹ ਜਿਹੜੀ ਮੁਹਿੰਮ ਆ ਉਹ ਮੁਹਿੰਮ ਚਲਾਈ ਜਾ ਰਹੀ ਆ। ਇਸ ਮੁਹਿੰਮ ਦੇ ਵਿੱਚ ਅੱਜ ਅਸੀਂ ਫਾਇਰ ਬ੍ਰਿਗੇਡ ਦੇ ਸਾਡੇ ਆਫਿਸਰ ਆਏ ਹੋਏ ਨੇ, ਉਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਆਏ ਨੇ ਵੱਖੋ ਵੱਖ ਪਿੰਡਾਂ ਤੋਂ, ਮੂਲਵਾਲ ਰਣੀ ਕੇ ਮਤਲਬ ਵੀ ਆਪਣਾ ਧੰਦੀਵਾਲ ਪਿੰਡਾਂ ਤੋਂ ਕਿਸਾਨ ਮਤਲਬ ਵੀ ਆਪਣੀਆਂ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਲੈ ਕੇ ਆਏ ਨੇ ਤਾਂ ਕਿ ਅਸੀਂ ਅੱਜ ਜਿਹੜੀ ਮੌਕ ਡਰਿੱਲ ਆ ਇਹਨੂੰ ਅਸੀਂ ਮਤਲਬ ਵੀ ਆਪਣਾ ਕਰਕੇ ਦੇਖਣਾ ਵੀ ਤਾਂ ਜੋ ਕਿਤੇ ਸਾਡਾ ਟਿੱਡੀ ਦਲ ਦਾ ਅਗਰ ਸੰਭਾਵੀ ਹਮਲਾ ਕਿਸੇ ਪਾਸੇ ਆਉਂਦਾ ਨਜ਼ਰ ਆਉਂਦਾ ਤਾਂ ਅਸੀਂ ਉਸ ਨੂੰ ਬਾਖੂਬੀ ਮਤਲਬ ਵੀ ਅਸੀਂ ਆਪਣੀ ਤਿਆਰੀ ਆ ਜਿਹੜੀ ਉਹ ਅੱਜ ਉਰੇ ਕਰਕੇ ਦੇਖ ਰਹੇ ਹਾਂ। ਅਗਰ ਕੋਈ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਹੋਏਗੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਅਸੀਂ ਮਤਲਬ ਪੂਰੀ ਕਰ ਲਵਾਂਗੇ। ਇਸ ਸੰਬੰਧ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਖੇਤੀਬਾੜੀ ਵਿਭਾਗ ਜ਼ਿਲ੍ਹਾ ਸੰਗਰੂਰ ਦੇ ਪਾਸ ਇਸ ਟਿੱਡੀ ਦਲ ਨੂੰ ਮਾਰਨ ਵਾਸਤੇ ਜੋ ਦਵਾਈਆਂ ਮਤਲਬ ਲੋੜੀਂਦੀਆਂ ਚਾਹੀਦੀਆਂ ਨੇ ਉਹਨਾਂ ਦਾ ਸਟਾਕ ਸਾਡੇ ਸੰਗਰੂਰ ਵਿਖੇ ਮੌਜੂਦ ਆ ਅਤੇ ਇਸ ਤੋਂ ਇਲਾਵਾ ਬਫਰ ਸਟਾਕ ਆ ਜਿਹੜਾ ਉਹ ਲੁਧਿਆਣਾ ਅਤੇ ਬਠਿੰਡਾ ਵਿਖੇ ਹੈ। ਅਗਰ ਸਾਨੂੰ ਜ਼ਿਆਦਾ ਜ਼ਰੂਰਤ ਪਏਗੀ ਤਾਂ ਅਸੀਂ ਉੱਥੋਂ ਵੀ ਲਿਆ ਸਕਦੇ ਹਾਂ। ਉੱਧਰ ਕਿਸਾਨਾਂ ਨੇ ਇਸ ਮੌਕ ਡਰਿੱਲ ਦਾ ਸਵਾਗਤ ਕੀਤਾ ਹੈ। ਜੋ ਇੱਕ ਟਿੱਡੀ ਦਲ ਦਾ ਹਮਲਾ ਸੁਣਿਆ ਹੈ ਪਿੱਛੇ ਚੱਲ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਅੱਜ ਇੱਥੇ ਅਸੀਂ ਇਕੱਠੇ ਹੋਏ ਹਾਂ। ਉਸ ਦੇ ਲਈ ਜੇ ਆਉਣ ਵਾਲੇ ਸਮੇਂ ਦੇ ਵਿੱਚ ਟਿੱਡੀ ਦਲ ਦਾ ਕੋਈ ਸਾਨੂੰ ਹਮਲਾ ਕਰਨ ਦਾ ਸੰਕੇਤ ਮਿਲਦਾ ਹੈ ਜਾਂ ਉਹ ਕਰ ਦਿੰਦਾ ਹੈ ਤਾਂ ਸਾਡੇ ਕੋਲ ਜੋ ਵੀ ਪਾਵਰ ਟੈਂਕ, ਛੋਟੀਆਂ ਮਸ਼ੀਨਾਂ, ਟਰੈਕਟਰਾਂ ਵਾਲੇ ਵੱਡੇ ਸਪਰੇਅ ਪੰਪ ਵਗੈਰਾ ਸਾਰੇ ਉਹ ਸਾਡੇ ਕੋਲ ਹਾਜ਼ਰ ਨੇ। ਜੇ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਨੂੰ ਅਸੀਂ ਨਾਲ ਲੈ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਤਨਦੇਹੀ ਨਾਲ ਸਾਥ ਦੇਵਾਂਗੇ। ਸਾਡੇ ਮਾਣਯੋਗ ਡਾਕਟਰ ਜਤਿੰਦਰਪਾਲ ਸਿੰਘ ਜੀ ਗਰੇਵਾਲ ਚੀਫ ਸਾਹਿਬ ਸੰਗਰੂਰ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਣਯੋਗ ਸਾਡੇ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਜੀ ਧੂਰੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਣਯੋਗ ਐਸ ਪੀ ਸਾਹਿਬ ਧੂਰੀ, ਜੋ ਕਿ ਇੱਕ ਟਿੱਡੀ ਦਲ ਦਾ ਹਮਲਾ ਹੋਇਆ ਉੱਥੋਂ ਮਚਾਇਆ, ਉਹਦੇ ਸੰਬੰਧ ਵਿੱਚ ਅਸੀਂ ਟਰੈਕਟਰ ਵਾਲੇ ਪੰਪ ਲੈ ਕੇ ਪਹੁੰਚਿਆ ਪਿੰਡ ਰਣੀਕੇ ਅਤੇ ਸਮੂਹ ਅਫਸਰ ਗਹਿਵਾਲ, ਸਾਨੂੰ ਕਦੇ ਵੀ ਕੋਈ ਇਸ ਗੱਲ ਦੀ ਦਿੱਕਤ ਆਊਗੀ ਟਿੱਡੀ ਦਲ ਤੋਂ ਤਾਂ ਅਸੀਂ ਹਰ ਟਾਈਮ ਹਾਜ਼ਰ ਹਾਂ ਜੀ। ਸਾਡੇ ਕੋਲ ਸਪਰੇਅ ਪੰਪ ਟਰੈਕਟਰਾਂ ਵਾਲੇ ਨੇ ਅਤੇ ਦੂਸਰੇ ਪੰਪ ਵੀ ਨੇ, ਫਾਇਰ ਬ੍ਰਿਗੇਡਾਂ ਖੜ੍ਹੀਆਂ ਨੇ ਉਹਦੇ ਨਾਲ, ਸਾਰੇ ਅਫਸਰ ਸਾਹਿਬਾਨ ਆਏ ਨੇ। ਕਦੇ ਵੀ ਕਿਸੇ ਗੱਲ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਖੇਤੀਬਾੜੀ ਵਿਭਾਗ ਧੂਰੀ ਨਾਲ ਸੰਪਰਕ ਕਰਕੇ ਇਸ ਮਸਲੇ ਨੂੰ ਹੱਲ ਕਰਨਾਗੇ। ਕਿਸਾਨਾਂ ਨੂੰ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ, ਅਸੀਂ ਬਹੁਤ ਬਹੁਤ ਮੁਸ਼ਕਲਾਂ 'ਚੋਂ ਲੰਘੇ ਹੋਏ ਹਾਂਗੇ,
ਤੇ ਇਹ ਟਿੱਡੀ ਦਲ ਦਾ ਕੋਈ ਐਡੀ ਵੱਡੀ ਗੱਲ ਨਹੀਂ ਸੀਗੀ, ਜ਼ਿਆਦਾ ਵੱਡਾ ਇਸ਼ੂ ਨਹੀਂ ਹੈਗਾ, ਇਹਨੂੰ ਅਸੀਂ ਹੱਲ ਕਰਦੇ। ਫਿਲਹਾਲ ਹੁਣ ਦੇਖਣਾ ਇਹ ਹੋਏਗਾ ਕਿ ਜੇਕਰ ਰੱਬ ਨਾ ਕਰੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮਾਲਵਾ ਖੇਤਰ 'ਚ ਟਿੱਡੀ ਦਲ ਦਾ ਕੋਈ ਹਮਲਾ ਹੁੰਦਾ ਹੈ ਤਾਂ ਇਸ ਨਾਲ ਵਿਭਾਗ ਕਿਵੇਂ ਨਜਿੱਠਦਾ, ਜਾਂ ਫਿਰ ਇਹ ਮੌਕ ਡਰਿੱਲਾਂ ਮਹਿਜ਼ ਦਿਖਾਵਾ ਬਣ ਕੇ ਰਹਿ ਜਾਣਗੀਆਂ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ।